ਰਚ ਪਾਲ ਕੋਰ ਦੀ ਕਹਾਣੀ ਆਪਣਰਤ ਜੂਨ ਮਹੀਨੇ ਦੇ ਆਖਰੀ ਦਿਨ ਸਨ ਸਕੂਲ ਸਮਾਪਤੀ ਦੇ ਆਖਰੀ ਦਿਨ ਹੋਣ ਕਰਕੇ ਸਾਰੇ ਟੀਚਰ ਆਪੋ ਆਪਣਾ ਕੰਮ ਮੁਕਾਉਣ ਚ ਰੁੱਝੇ ਹੋਏ ਸਨ ਇੱਕ ਦੂਸਰੇ ਨੂੰ ਮਿਲਣ ਦਾ ਘੱਟ ਹੀ ਮੌਕਾ ਮਿਲਦਾ ਫਿਰ ਵੀ ਲੰਚ ਰੂਮ 'ਚ ਬੈਠਿਆਂ ਥੋੜੀ ਬਹੁਤੀ ਗੱਲਬਾਤ ਕਰਨ ਦਾ ਮੌਕਾ ਮਿਲ ਜਾਂਦਾ ਅਗਲੇ ਸਾਲ ਦੀ ਕਲਾਸ ਦੇ ਵਿਦਿਆਰਥੀਆਂ ਬਾਰੇ ਕਿਸ ਨੇ ਕਿਹੜੀ ਕਲਾਸ 'ਚ ਜਾਣਾ ਇਹਦਾ ਫੈਸਲਾ ਜੂਨ ਦੇ ਦੂਸਰੇ ਤੀਸਰੇ ਹਫਤੇ ਦੇ ਦਰਮਿਆਨ ਕਰ ਲਿਆ ਜਾਂਦਾ। ਸਕੂਲ ਦੇ ਦੋ ਕੁ ਦਿਨ ਬਾਕੀ ਰਹਿੰਦੇ ਸਨ। ਲੰਚ ਰੂਮ 'ਚ ਬੈਠਿਆ ਮਿਸਿਸ ਸਕਾਟ ਨੇ ਟੇਡੀਆਂ ਤੇ ਸ਼ਰਾਰਤੀ ਜੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ ਤੇ ਨਾਲ ਹੀ ਮੇਰੇ ਵੱਲ ਇਸ਼ਾਰਾ ਕਰਕੇ ਉੱਚੀ ਸਾਰੀ ਮੇਰਾ ਨਾਂ ਲੈਂਦਿਆਂ ਹੋਇਆਂ ਹੱਸ ਪਈ। ਸੁਣਦਿਆਂ ਸਰੂਜੀ ਓਜ਼ ਦੀ ਆਵਾਜ਼ ਨਾਲ ਸਾਰਾ ਲੰਚ ਰੂਮ ਗੂੰਜ ਉਠਿਆ। ਮੈਨੂੰ ਅੰਜਲ ਅਗਿਆ ਜਿਵੇਂ ਇੱਕ ਵਿਦਿਆਰਥੀ ਦੀ ਥਾਂ ਅਗਲੇ ਸਾਲ ਮੇਰੀ ਕਲਾਸ 'ਚ ਕਿਸੇ ਬਗਿਆੜ ਦੇ ਆਉਣ ਦਾ ਇਸ਼ਾਰਾ ਹੋ ਰਿਹਾ ਹੋਵੇ। ਇੱਕਦਮ ਜੋਰਜ ਮੇਰੇ ਮਨ 'ਤੇ ਇੱਕ ਹਵਾ ਜਿਹਾ ਬਣ ਕੇ ਡਰ ਪੈਦਾ ਕਰ ਗਿਆ। ਮੈਂ ਮਿਸਿਸ ਸਕਾਟ ਤੋਂ ਪੁੱਛਿਆ, "ਜੌਰਜ ਨੂੰ ਕੀ ਗੱਲ ਐ?" ਉਹ ਵਿਅੰਗ ਜੇ ਨਾਲ ਕਹਿਣ ਲੱਗੀ, "ਅਗਲੇ ਸਾਲ ਤੂੰ ਦੇਖ ਹੀ ਲੈਣਾ। ਸਾਰੇ ਟੀਚਰਜ਼ ਨੂੰ ਜੋਰਜ ਬਾਰੇ ਪਤਾ ਐ ਕਿ ਕਿੰਨੀ ਵਾਰ ਸਸਪੈਂਡ ਹੋ ਚੁੱਕਾ ਐ। ਕੀ ਤੈਨੂੰ ਜੋਰਜ ਬਾਰੇ ਨਹੀਂ ਪਤਾ?" ਦੋ ਮਹੀਨੇ ਦੀਆਂ ਛੁੱਟੀਆਂ ਦੇ ਦੌਰਾਨ ਮੈਨੂੰ ਰਹਿ ਰਹਿ ਕੇ ਬਿਨ ਦੇਖੇ ਬਿਨ ਜਾਣੇ ਜੋਰਜ ਦਾ ਚੇਤਾ ਆ ਜਾਂਦਾ ਕਿ ਕਿਵੇਂ ਉਹ ਮੇਰੀ ਕਲਾਸ ਚ ਆ ਕੇ ਮੇਰਾ ਨੱਕ ਚ ਦਮ ਕਰ ਦੇਵੇਗਾ ਇਹ ਚੇਤਾ ਮੇਰੀਆਂ ਛੁੱਟੀਆਂ ਦਾ ਸਵਾਦ ਕਿਰਕਿਰਾ ਜਾ ਕਰ ਦਿੰਦਾ ਨਾਲ ਹੀ ਸੋਚਦੀ ਕਿ ਸਕੂਲ ਦੇ ਆਖਰੀ ਦਿਨ ਜੇਕਰ ਟਾਈਮ ਮਿਲਦਾ ਤਾਂ ਜੋਰਜ ਨੂੰ ਮਿਸਿਸ ਸਕਾਟ ਦੀ ਕਲਾਸ ਤੇ ਜਾ ਕੇ ਦੇਖੀ ਆਉਂਦੀ ਪਰ ਜਿਆ ਨਾ ਹੋ ਸਕਿਆ ਕੋਈ ਪੀਰੀਅਡ ਆਖਰੀ ਦਿਨ ਵਿਲਾ ਹੀ ਨਹੀਂ ਸੀ ਸਤੰਬਰ ਚ ਜਦੋਂ ਕਲਾਸ ਸ਼ੁਰੂ ਹੋਈ ਸਾਰੇ ਸਕੂਲ ਦੇ ਬੱਚੇ ਆਪਣੇ ਆਪਣੇ ਟੀਚਰ ਦੀ ਪਾਲ ਚ ਆਪਣੇ ਨਾਂ ਲੱਭ ਰਹੇ ਸਨ ਮੇਰੀ ਕਲਾਸ ਦੇ ਬੱਚੇ ਮੇਰੀ ਨਾਂ ਦੀ ਹੀਟ ਲੱਗੇ ਬੋਰਡ ਤੇ ਆਪਣਾ ਨਾਮ ਪੜ੍ਹ ਕੇ ਮੇਰੇ ਨਾਂ ਦੇ ਸਾਹਮਣੇ ਲਾਈਨ ਬਣਾ ਕੇ ਖੜੇ ਹੋ ਗਏ ਮੈਂ ਆਪਣੇ ਨਾਮ ਵਾਲੇ ਬੋਰਡ ਦੇ ਲਾਗੇ ਖੜੀ ਸਭ ਨੂੰ ਗੌਰ ਨਾਲ ਦੇਖ ਰਹੀ ਸੀ ਤੇ ਮੇਰੀਆਂ ਨਜ਼ਰਾਂ ਹਰ ਸ਼ਰਾਰਤੀ ਚਿਹਰੇ 'ਚ ਜੋਰਜ ਨੂੰ ਲੱਭ ਰਹੀਆਂ ਸਨ ਜਦੋਂ ਤਕਰੀਬਨ ਸਾਰੇ ਬੱਚੇ ਆ ਕੇ ਲਾਈਨ 'ਚ ਖੜੇ ਹੋ ਗਏ ਮੈਂ ਆਪਣੇ ਹੱਥ 'ਚ ਫੜੇ ਕਲਿੱਪਬੋਰਡ ਤੋਂ ਬੱਚਿਆਂ ਦੇ ਨਾਂ ਬੋਲ ਕੇ ਹਾਜ਼ਰੀ ਦੇ ਬਹਾਨੇ ਜੋਰਜ ਦੀ ਪਾਲ ਵਿੱਚ ਸਾਂ ਜੋਰਜ ਲਾਈਨ ਚਖੀਰ ਤੇ ਖੜਾ ਸੀ ਦੇਖਣ ਨੂੰ ਜਮੈਕਾ ਜਾਂ ਵੈਸਟ ਇੰਡੀਜ਼ ਬੱਚਿਆਂ ਵਾਂਗ ਕਾਫੀ ਕਾਲੇ ਰੰਗ ਦਾ ਲੱਗਾ ਵਾਲ ਕੁੰਗਰਾਲੇ ਤੇ ਥੋੜੇ ਜਿਹਾ ਲੰਮੇ ਖੁੱਲੇ ਛੱਡੇ ਹੋਏ ਸਨ ਚਿਹਰਾ ਬੜਾ ਗੰਭੀਰ ਤੇ ਸਿਆਣਾ ਜਿਹਾ ਨਜ਼ਰ ਆਇਆ ਮੈਂ ਕੰਟੀ ਵੱਜਨ ਤੇ ਕਲਾਸ ਨੂੰ ਆਪਣੇ ਕਮਰੇ 'ਚ ਲੈ ਆਏ ਸਾਰੇ ਬੱਚੇ ਦੱਸੀ ਹੋਈ ਥਾਂ ਤੇ ਆ ਕੇ ਚੁੱਪਚਾਪ ਬੈਠ ਗਏ ਇਕ ਦੂਸਰੇ ਦੇ ਨਾਂ ਤੇ ਪਸੰਦ ਜਾਣਨ ਦੀ ਖੇਡ ਨਾਲ ਕਲਾਸ ਦੀ ਸ਼ੁਰੂਆਤ ਕਰਕੇ ਬੱਚਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਵਾਈ ਗਈ ਜਿਹਦੇ ਨਾਲ ਮੈਨੂੰ ਵੀ ਕਾਫੀ ਜਾਣਕਾਰੀ ਮਿਲੀ ਕੋਈ ਵੀ ਬੱਚਾ ਜੋਰਜ ਦੇ ਲਾਗੇ ਬੈਠਣ ਤੋਂ ਕੰਨੀ ਘਤਰਾਂਦਾ ਇਹਦੇ ਵਰਤਾਰੇ ਦਾ ਜਦੋਂ ਕਾਰਨ ਪੁੱਛਿਆ ਤਾਂ ਬੱਚਿਆਂ ਨੇ ਦੱਸਿਆ ਕਿ ਪਿਛਲੇ ਸਾਲ ਜੋਰਜ ਨੇ ਸਾਰੇ ਬੱਚਿਆਂ ਤੇ ਟੀਚਰ ਨੂੰ ਬਹੁਤ ਤੰਗ ਕੀਤਾ ਸੀ ਇਸ ਕਰਕੇ ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ ਇਹ ਬੱਚੇ ਨੇ ਕਿਹਾ ਇਹ ਮੇਰੇ ਨਾਲ ਕਿੰਨਾ ਘਾਟਨ ਤੋਂ ਪੜਦਾ ਆ ਰਿਹਾ ਹੈ ਇਹ ਸਭ ਨੂੰ ਬਹੁਤ ਤੰਗ ਕਰਦਾ ਹੈ ਪਿਛਲੇ ਸਾਲ ਤੇ ਉਸ ਤੋਂ ਪਿਛਲੇ ਸਾਲ ਬਿਸੇ ਸਕਾਟ ਇਹਨੂੰ ਹਰ ਰੋਜ਼ ਦਫ਼ਤਰ ਭੇਜ ਦਿੰਦੇ ਸੀ ਇਹ ਨਾ ਹੀ ਆਪ ਪੜਦਾ ਨਾ ਹੀ ਸਾਨੂੰ ਪੜਨ ਦਿੰਦਾ ਮੇਰੀ ਕਲਾਸ ਵਿੱਚ ਤਾਂ ਜੋਰਜ ਦਾ ਪਹਿਲਾ ਦਿਨ ਠੀਕ ਠਾਕ ਹੀ ਰਿਹਾ ਉਹ ਕਲਾਸ ਪੁੱਛੇ ਹਰ ਸਵਾਲ ਦੇ ਜਵਾਬ ਲਈ ਹੱਥ ਖੜਾ ਕਰਕੇ ਜਾਂ ਕਈ ਵਾਰ ਹੱਥ ਖੜੇ ਕਰਨ ਤੋਂ ਬਿਨਾਂ ਵੀ ਜਵਾਬ ਦਿੰਦਾ ਰਿਹਾ ਜਿਸ ਨੂੰ ਲੱਗਿਆ ਕਿ ਪੜਨ ਸੁਣਨ ਤੇ ਹਿੱਸਾ ਲੈਣ ਚ ਉਤਸੁਕਤਾ ਰੱਖਣ ਵਾਲਾ ਤੇ ਹੁਸ਼ਿਆਰ ਬੱਚਾ ਹੈ ਪਹਿਲੇ ਦਿਨ ਕਲਾਸ ਦੇ ਨਿਯਮਾਂ ਬਾਰੇ ਗੱਲਬਾਤ ਕਾਫੀ ਜ਼ੋਰ ਦੇ ਕੇ ਕੀਤੀ ਗਈ ਨਿਯਮ ਤੋੜਨ ਤੇ ਕੀ ਸਜ਼ਾ ਹੋਏਗੀ ਸਭ ਨੇ ਰਲ ਕੇ ਸਜ਼ਾ ਤੈਅ ਕੀਤੀ ਕਲਾਸ 'ਚ ਜੋਰਜ ਠੀਕ ਰਿਹਾ ਪਰ ਬਾਅਦ ਛੁੱਟੀ ਸਮੇਂ ਨਾਲ ਦੀ ਕਲਾਸ ਜੋ ਮਿਸਿਸ ਸਮੇਲ ਦੀ ਸੀ ਦੇ ਬੱਚੇ ਨੂੰ ਕੁੱਟ ਦਿੱਤਾ ਪੁੱਛਣ ਤੇ ਜੋਰਜ ਨੇ ਦੱਸਿਆ ਕਿ ਬੱਚਾ ਉਹਨੂੰ ਭੈੜਾ ਜੋਰਜ ਤੇ ਹੋਰ ਕਈ ਕੁਝ ਕਹਿ ਰਿਹਾ ਸੀ ਮੈਂ ਜਾਰਜ ਨੂੰ ਦਫ਼ਤਰ ਭੇਜਣ ਦੀ ਬਜਾਏ ਇੱਕ ਚੰਗਾ ਬੱਚਾ ਬਣਨ ਲਈ ਤੇ ਉਹਦਾ ਵਤੀਰਾ ਬਦਲਣ ਲਈ ਇੱਕ ਕਾਮਯਾਬੀ ਪਾਸਪੋਰਟ ਬਣਾ ਦਿੱਤਾ ਕਿ ਹਰ ਰੋਜ਼ ਜੇਕਰ ਉਹ ਚੰਗਾ ਰਹੇਗਾ ਤੇ ਉਹਨੂੰ ਕਲਾਸ ਦੇ ਅਖੀਰ ਇੱਕ ਸਟਾਰ ਦਿੱਤਾ ਜਾਏਗਾ ਲਗਾਤਾਰ ਇੱਕ ਮਹੀਨੇ ਤੋਂ ਬਾਅਦ 20 ਸਟਾਰ ਇਕੱਠੇ ਕਰਨ ਦੇ ਮੈਂ ਉਹਨੂੰ ਮੁਫਤ ਲੰਚ ਤੇ ਲੈ ਕੇ ਜਾਵਾਂਗੀ ਜਾਰਜ ਪੂਰਾ ਮਹੀਨਾ ਬਹੁਤ ਚੰਗਾ ਰਿਹਾ ਤੇ ਮਹੀਨੇ ਦੇ ਅਖੀਰ ਤੇ ਮੈਂ ਪ੍ਰਿੰਸੀਪਲ ਤੇ ਉਹਦੀ ਮਾਂ ਨੂੰ ਫੋਨ ਤੇ ਦੱਸ ਦਿੱਤਾ ਕਿ ਜਾਰ ਨੂੰ ਮੈਕਡੋਨਲਡ ਤੇ ਲੰਚ ਲਈ ਲੈ ਗਈ জর্জ ਦੀ ماں ਸੁਣ ਕੇ ਬਹੁਤ ਖੁਸ਼ ਹੋਈ ਇੱਕ ਦਿਨ ਨਾਲ ਦੀ ਟੀਚਰ ਮਿਸਿਸ ਸਮੇਲ ਜੋ ਮਿਸਿਸ ਸਕਾਟ ਦੀ ਪੱਕੀ ਸਹੇਲੀ ਸੀ ਨੇ ਮੈਨੂੰ ਪੁੱਛਿਆ ਕਿ ਕੀ জর্জ ਇੰਡੀਅਨ ਹੈ ਮੈਨੂੰ ਸੁਣ ਕੇ ਗੁੱਸਾ ਜਿਹਾ ਲੱਗਾ ਮੈਂ ਥੋੜੀ ਤਲਖੀ ਨਾਲ ਉਹਨੂੰ ਜਵਾਬ ਦਿੱਤਾ ਕਿ ਤੇਰਾ ਇਹ ਕਹਿਣ ਤੋਂ ਮਤਲਬ ਹੈ ਕਿ ਹਰ ਸ਼ਰਾਰਤੀ ਬੱਚਾ ਇੰਡੀਅਨ ਹੀ ਹੋ ਸਕਦਾ ਉਹ ਕਹਿਣ ਲੱਗੀ ਨਹੀਂ ਮੈਂ ਤਾਂ ਸਿਰਫ জর্জ ਦੇ ਵਾਲਾਂ ਤੋਂ ਅੰਦਾਜ਼ਾ ਲਗਾਇਆ ਸੀ ਉਸ ਦਿਨ ਮੈਂ ਵੀ ਜੋਰਜ ਤੋਂ ਪੁੱਛਿਆ ਕਿ ਕੀ ਉਹ ਇੰਡੀਅਨ ਹੈ ਕਹਿਣ ਲੱਗਾ ਨਹੀਂ ਮੈਂ ਤਾਂ ਜਮੇਕਨ ਆ ਇਹ ਸੁਣ ਕੇ ਮੇਰੇ ਦਿਲ 'ਚ ਮਿਸਿਸ ਸਮੇਲ ਨਾਲ ਰੰਜਿਸ਼ ਠੀ ਹੋਈ ਕਿ ਉਹਨੇ ਜੋਰਜ ਨੂੰ ਸ਼ਾਇਦ ਸ਼ਰਾਰਤੀ ਹੋਣ ਕਰਕੇ ਇੰਡੀਅਨ ਕਿਹਾ ਹੋਵੇ ਦਸੰਬਰ 'ਚ ਬੱਚਿਆਂ ਦੇ ਮਾਪਿਆਂ ਨਾਲ ਮੁਲਾਕਾਤ ਹੋਣੀ ਸੀ ਦੋ ਕੁ ਦਿਨ ਪਹਿਲਾਂ ਮਿਸਿਸ ਸਕਾਟ ਮਿਲੀ ਤੇ ਕਹਿਣ ਲੱਗੀ ਸ਼ਾਇਦ ਤੇਰੀ ਕਲਾਸ ਦੇ ਬੱਚਿਆਂ ਦੇ ਸਾਰੇ ਮਾਪੇ ਆਉਣਗੇ ਪਰ ਜੋਰਜ ਦੀ ਇੰਟਰਵਿਊ ਤੇ ਸ਼ਾਇਦ ਕੋਈ ਨਹੀਂ ਆਵੇ ਕਿਉਂਕਿ ਮੇਰੇ ਕੋਲ ਜੋਰਜ 2 ਸਾਲ ਪਹਿਲੀ ਦੂਸਰੀ ਕਲਾਸ 'ਚ ਰਿਹਾ ਹੈ ਮੇਰੇ ਨਾਲ ਕਦੇ ਇਹਦੀ ਮਾਂ ਜਾਂ ਬਾਪ ਇੰਟਰਵਿਊ ਲਈ ਨਹੀਂ ਆਏ ਤੇ ਮੈਂ ਇੰਟਰਵਿਊ ਦਾ ਟਾਈਮ ਲੈ ਕੇ ਹਰੇਕ ਬੱਚੇ ਦੇ ਨਾਲ ਜੋਰਜ ਦੇ ਘਰ ਵੀ ਖਤ ਭੇਜ ਦਿੱਤਾ ਜੋਰਜ ਦਾ ਟਾਈਮ ਮੈਂ ਸਭ ਤੋਂ ਪਹਿਲਾਂ ਰੱਖਿਆ ਮੈਂ ਵੀ ਮਨ 'ਚ ਇਹ ਸੋਚ ਲਿਆ ਵੀ ਸ਼ਾਇਦ ਕੋਈ ਨਾ ਆਵੇ ਤਾਂ ਮੈਂ ਅਗਲੀਆਂ ਇੰਟਰਵਿਊਆਂ ਲਈ ਹੋਰ ਤਿਆਰ ਹੋ ਜਾਵਾਂਗੀ ਮੇਰੇ ਲਈ ਹੈਰਾਨੀ ਦੀ ਗੱਲ ਜਾਪੀ ਜਦੋਂ ਜੋਰਜ ਦੀ ਮਾਂ ਇੰਟਰਵਿਊ ਦੇ ਵਕਤ ਤੋਂ 3-4 ਮਿੰਟ ਪਹਿਲਾਂ ਹੀ ਆ ਗਈ ਉਹਨੀਆਂ ਸਾਰੂਣੀ ਕਹਿ ਮੈ ਮਿਸਿਸ ਮਾਰਟਨ জর্জ ਦੀ ਮਾਂ ਹਾਂ ਮੈਂ ਉਹਨੂੰ ਜੀ ਆਇਆਂ ਕਹਿ ਕੇ ਆਪਣੇ ਮੇਜ਼ ਦੇ ਨਾਲ ਪਈ ਵੱਧੂ ਕੁਰਸੀ ਤੇ ਬਿਠਾ ਦਿੱਤਾ ਮਿਸਿਸ ਮਾਰਟਨ ਮੈਨੂੰ ਨਾ ਹੀ ਪੂਰੀ ਤਰ੍ਹਾਂ ਇੰਡੀਅਨ ਨਾ ਹੀ ਜਮਿਕਨ ਲੱਗ ਰਹੀ ਸੀ ਨਾ ਹੀ জর্জ ਵਾਂਗ ਉਹਦਾ ਰੰਗ ਜ਼ਿਆਦਾ ਕਾਲਾ ਸੀ ਇੰਟਰਵਿਊ ਦਾ ਟਾਈਮ ਸਿਰ 15 ਮਿੰਟ ਸੀ ਜਿਸ ਵਿੱਚ জর্জ ਦੀ ਪੜ੍ਹਾਈ ਤੇ ਆਮ ਬਤੀਰੇ ਦੀ ਗੱਲਬਾਤ ਕੀਤੀ ਜਾਣੀ ਸੀ ਉਨੇ ਜਾਰਜ ਦੀ 29 ਰਿਪੋਰਟ ਤੇ ਤਸੱਲੀ ਪ੍ਰਗਟ ਕਰਦੇ ਆ ਕਿ ਇਹ ਪਹਿਲਾ ਸਾਲ ਹੈ ਜਦੋਂ ਜਾਰਜ ਰੋਜ਼ ਦਫ਼ਤਰ ਚ ਨਹੀਂ ਭੇਜਿਆ ਗਿਆ ਤੇ ਮੈਨੂੰ ਰੋਜ਼ ਇਹਦੀ ਸ਼ਿਕਾਇਤ ਦਾ ਟੈਲੀਫੋਨ ਨਹੀਂ ਆਇਆ ਇਸ ਕਰਕੇ ਮੈਂ ਪਹਿਲੀ ਵਾਰ ਇੰਟਰਵਿਊ ਤੇ ਆਈ ਹਾਂ ਪਿਛਲੇ ਸਾਲ ਚ ਮੈਂ ਸ਼ਰਮ ਦੀ ਮਾਰੀ ਨਹੀਂ ਆਈ ਕਿ ਇਹਦੀ ਟੀਚਰ ਨੇ ਸ਼ਿਕਾਇਤਾਂ ਹੀ ਲਾਉਣੀਆਂ ਤੇ ਮੈਨੂੰ ਇੰਜ ਲੱਗਦਾ ਸੀ ਜਿਵੇਂ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਇੰਟਰਵਿਊ ਦਾ ਵਕਤ ਖਤਮ ਹੋ ਗਿਆ ਤੇ ਅਗਲੇ ਬੱਚੇ ਦੇ ਮਾਪੇ ਬਾ ਰੁਡੀ ਕਰਦੇ ਹੋਣ ਕਰਕੇ ਮੈਂ জর্জ ਦੀ ਮਾਂ ਤੋਂ ਮਾਫੀ ਮੰਗਦੀ ਹੋਈ ਨੇ ਅਗਲੇ ਮਾਪਿਆਂ ਨੂੰ ਅੰਦਰ ਆਉਣ ਲਈ ਕਿਹਾ ਸਮੇਂ-ਸਮੇਂ ਤੇ ਮਿਸਿਸ ਸਕਾਟ জর্জ ਬਾਰੇ ਪੁੱਛਦੀ ਰਹਿੰਦੀ ਮੈਂ ਕਹਿ ਚੜਦੀ জর্জ ਠੀਕ ਕੰਮ ਕਰ ਰਿਹਾ ਹੈ ਉਹ ਹੈਰਾਨੀ ਨਾਲ ਕਹਿੰਦੀ ਕੀ ਇਹ ਸੱਚ ਹੈ ਮੈਂ ਕਹਿ ਦਿੰਦੀ ਬਿਲਕੁਲ ਸੱਚ ਹੈ ਜਦੋਂ ਉਹਨੂੰ ਮੈਂ জর্জ ਦੀ ਮਾਂ ਦਾ ਇੰਟਰਵਿਊ ਤੇ ਆਉਣ ਬਾਰੇ ਦੱਸਿਆ ਤਾਂ ਬਹੁਤ ਹੈਰਾਨ ਹੋਈ ਇੱਕ ਦਿਨ ਮਿਊਜ਼ਿਕ ਤੇ ਡਾਂਸ ਦੇ ਪੀਰੀਅਡ ਵਾਸਤੇ ਮੈਂ ਆਪਣੀ ਕਲਾਸ ਦੇ ਬੱਚਿਆਂ ਨੂੰ ਆਪਣੀ-ਆਪਣੀ ਕਲਚਰ ਦੇ ਗੀਤਾਂ ਦੀ ਟੇਪ ਲਿਆਉਣ ਲਈ ਕਿਹਾ ਤਜੇਦਨ ਜਾਰਜ ਦੀ ਵਾਰੀ ਆਈ ਤਾਂ ਉਹ ਵੀ ਆਪਣੀ ਟੇਪ ਲੈ ਆਇਆ ਜਦੋਂ ਮੈਂ ਜਾਰਜ ਦੀ ਟੇਪ ਰੀਕੋਰਡਰ 'ਚ ਪਾ ਕੇ ਚਲਾਈ ਤਾਂ ਮੇਰਾ ਮੂੰਹ ਅੱਡਿਆ ਹੀ ਰਹਿ ਗਿਆ ਉਹਦੀ ਟੇਪ ਹਿੰਦੀ ਫਿਲਮ ਕੁਝ-ਕੁਝ ਹੋਤਾ ਹੈ ਦੇ ਗਾਣਿਆਂ ਨਾਲ ਭਰੀ ਹੋਈ ਸੀ ਟੇਪ ਚੱਲਦੇ ਸਾਰ ਮੇਰੀ ਕਲਾਸ ਦਾ ਇੱਕ ਇੰਡੀਅਨ ਮੁੰਡਾ 모ਹਿਤ ਡਾਂਸ ਕਰਨ ਲੱਗ ਪਿਆ ਨਾਲ ਹੀ ਜਾਰਜ ਤੇ ਉਹਦੇ ਬਾਅਦ ਸਾਰੇ ਬੱਚੇ ਉਹਨਾਂ ਦੀ ਨਕਲ ਕਰਦੇ ਹੋਏ ਡਾਂਸ ਕਰਨ ਲੱਗ ਪਏ ਮੈਂ ਹੈਰਾਨ ਖੜੀ ਸਭ ਕੁਝ ਦੇਖ ਰਹੀ ਸੀ ਮੈਂ ਜਾਰਜ ਨੂੰ ਪੁੱਛਿਆ ਤੂੰ ਇਹ ਟੇਪ ਕਿੱਥੋਂ ਲਈ ਹੈ ਉਹ ਕਹਿਣ ਲੱਗਾ ਮੇਰੇ ਡੈਡੀ ਨੇ ਮੈਨੂੰ ਦਿੱਤੀ ਸੀ ਮੈਂ ਫੇਰ ਪੁੱਛਿਆ ਕੀ ਤੇਰਾ ਡੈਡੀ ਇੰਡੀਅਨ ਹੈ ਕਹਿਣ ਲੱਗਾ ਨਹੀਂ ਫਿਰ ਉਹਨੇ ਟੇਪ ਕਿਵੇਂ ਲੈ ਕੇ ਦਿੱਤੀ ਕਹਿਣ ਲੱਗਾ ਪਤਾ ਨਹੀਂ ਉਸ ਦਿਨ ਛੁੱਟੀ ਤੋਂ ਬਾਅਦ ਮੈਂ ਮਿਸਿਸ ਮੇਲ ਨੂੰ ਜਾਰਜ ਬਾਰੇ ਟੇਪ ਲੈ ਕੇ ਆਉਣ ਵਾਲੀ ਗੱਲ ਦੱਸੀ ਤਾਂ ਉਹਨੇ ਕਿਹਾ ਦੇਖਿਆ ਤੂੰ ਗੁੱਸਾ ਕਰਦੀ ਸੀ ਮੈਂ ਹੀ ਤਾਂ ਪੁੱਛਿਆ ਸੀ ਕਿਉਂਕਿ ਮੈਨੂੰ ਸ਼ੱਕ ਸੀ ਕਿ ਜਾਰਜ ਇੰਡੀਅਨ ਹੈ ਮੈਂ ਫੇਰ ਉਹਨੂੰ ਕਿਹਾ ਨਹੀਂ ਜਾਰਜ ਇੰਡੀਅਨ ਨਹੀਂ ਜਮੈਕਨ ਹੈ ਉੰਜ ਮੈਨੂੰ ਅੰਦਰੋਂ ਅੰਦਰੀਏ ਭੇਤ ਭਰੀ ਜੀ ਗੱਲਬਾਤ ਲੱਗ ਰਹੀ ਸੀ ਮਾਰਚ ਵਿੱਚ ਦੂਸਰੀ ਵਾਰ ਦੇ ਰਿਪੋਰਟ ਕਾਰਡਨ ਤੋਂ ਬਾਅਦ ਸਿਰਫ ਕਮਜ਼ੋਰ ਜਾਂ ਕੋਈ ਸਮੱਸਿਆਵਾਂ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਇੰਟਰਵਿਊ ਕੀਤੀ ਜਾਂਦੀ ਹੁਣ ਕਾਰਨ ਮੈਂ ਜੋਰਜ ਦੇ ਘਰ ਇੰਟਰਵਿਊ ਦਾ ਖਤ ਭੇਜਣ ਦੀ ਬਜਾਏ ਬਾਕੀ ਚੰਗੇ ਚੱਲਣ ਵਾਲੇ ਬੱਚਿਆਂ ਵਾਂਗ ਉਹ ਖਤ ਭੇਜਿਆ ਜਿਸ 'ਚ ਲਿਖਿਆ ਸੀ ਇਸ ਸਮੇਂ ਤੁਹਾਨੂੰ ਇੰਟਰਵਿਊ ਤੇ ਆਉਣ ਦੀ ਜ਼ਰੂਰਤ ਤਾਂ ਨਹੀਂ ਜੇਕਰ ਤੁਸੀਂ ਟੀਚਰ ਨਾਲ ਆਪਣੇ ਬੱਚੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਇਸ ਤੇ ਦਸਖਤ ਕਰਕੇ ਖਾਤੂ ਵਾਪਸ ਭੇਜ ਦਿਓ ਤੇ ਦੂਜੇ ਦਿਨ ਜੋਰਜ ਇੰਟਰਵਿਊ ਵਾਸਤੇ ਖਾਤੇ ਦਸਖਤ ਕਰਾ ਕੇ ਲੈ ਆਇਆ ਇਸ ਵਾਰ ਮੈਂ ਜੋਰਜ ਦੀ ਮਾਂ ਨੂੰ ਸਭ ਤੋਂ ਬਾਅਦ ਦਾ ਵਕਤ ਦਿੱਤਾ ਇੰਟਰਵਿਊ ਵਾਲੇ ਦਿਨ ਇੱਕ ਵਾਰੀ ਫਿਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਦੇਖਿਆ ਕਿ ਜੋਰਜ ਦੀ ਮਾਂ ਪੰਜਾਬੀ ਸੂਟ ਪਾ ਕੇ ਜੋਰਜ ਦੇ ਨਾਲ ਠੀਕ ਵਕਤ ਸੇ ਇੰਟਰਵਿਊ ਲਈ ਆਪਨ ਜੀ ਜਾਰਜ ਦੀ ਰਿਪੋਰਟ ਕਾਰਡ ਜਾਂ ਤਰੱਕੀ ਦੀ ਗੱਲਬਾਤ ਕਰਨ ਦੀ ਬਜਾਏ ਉਹਨੇ ਕਹਿਣਾ ਸ਼ੁਰੂ ਕੀਤਾ ਕਿ ਜਾਰਜ ਤੇਰੀ ਕਲਾਸ ਤੋਂ ਬਹੁਤ ਖੁਸ਼ ਹੈ। ਮੈਨੂੰ ਜਦੋਂ ਇਹਨੇ ਸਤੰਬਰ ਚ ਕਲਾਸ ਦੇ ਪਹਿਲੇ ਦਿਨ ਹੀ ਦੱਸਿਆ ਸੀ ਕਿ ਮੇਰੀ ਟੀਚਰ ਇੰਡੀਅਨ ਹੈ ਤੇ ਮੈਂ ਉਹਨੂੰ ਸਮਝਾਇਆ ਸੀ ਕਿ ਤੂੰ ਉਹਦੀ ਇੱਜ਼ਤ ਕਰੇ। ਉਹ ਤੇਰੀ ਆਂਟੀ ਲੱਗਦੀ ਹੈ। ਸੁਣ ਕੇ ਮੇਰੀ ਉਤਸਕਤਾ ਹੋਰ ਵਧ ਗਈ। ਮੈਂ ਕਿਹਾ ਜਾਰਜ ਤਾਂ ਕਹਿੰਦਾ ਹੈ ਮੈਂ ਇੰਡੀਅਨ ਨਹੀਂ ਆਂ ਫਿਰ ਇਹਦੀ ਆਂਟੀ ਕਿਵੇਂ ਹੋਈ? ਉਹਦੀਆਂ ਅੱਖਾਂ 'ਚ ਪਾਣੀ ਭਰ ਆਇਆ ਕਹਿਣ ਲੱਗੀ ਮੈਂ ਇੰਡੀਅਨ ਆ। ਮੇਰੇ ਮਾਂ-ਬਾਪ ਇੰਡੀਅਨ ਸਨ। ਜੋ ਜਮੈਕਾ ਚ ਜਾ ਕੇ ਵਸ ਗਏ ਸਨ ਮੈਂ ਜਮੈਕਾ ਚ ਪੈਦਾ ਹੋਈ ਸੀ ਤੇ ਅਸੀਂ ਹਿੰਦੂ ਆ ਮੈਂ ਜਦੋਂ ਜਵਾਨ ਹੋਈ ਤਾਂ ਜਮੈਕਾ ਦੇ ਵਸਨੀਕ ਇੱਕ ਕਾਲੇ ਨਾਲ ਆਪਣੇ ਮਾਪਿਆਂ ਦੀ ਮਰਜ਼ੀ ਦੇ ਵਿਰੁੱਧ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਮੇਰੇ ਮਾਪਿਆਂ ਨੇ ਮੈਨੂੰ ਸਦਾ ਲਈ ਛੱਡ ਦਿੱਤਾ ਮੈਂ ਤੇ ਮੇਰਾ ਪਤੀ ਜਾਰਜ ਮਾਰਟਨ ਘਰੋਂ ਭੱਜ ਕੇ ਕੈਨੇਡਾ ਵਸੇ ਇੱਥੇ ਮੇਰੇ ਤਿੰਨ ਬੱਚੇ ਹੋਏ ਦੋ ਕੁੜੀਆਂ ਇੱਕ ਮੁੰਡਾ ਜਿਸ ਦਾ ਨਾਂ ਆਪਣੇ ਪਿਓ ਤੇ ਹੀ ਰੱਖਿਆ ਜਾਰਜ ਮਾਰਟਨ ਦੇ ਵੀਚਕਾਰਲਾ ਮੁੰਡਾ ਤਿੰਨ ਬੱਚਿਆਂ ਤੋਂ ਬਾਅਦ ਮੇਰਾ ਪਤੀ ਵੀ ਮੈਨੂੰ ਛੱਡ ਗਿਆ ਮੈਂ ਬਹੁਤ ਇਕੱਲੀ ਹੋ ਗਈ ਇਕੱਲੇਪਨ ਤੇ ਆਪਣੇ ਕੀਤੇ ਦੇ ਪਛਤਾਵੇ ਨੇ ਮੈਨੂੰ ਬਹੁਤ ਕਮਜ਼ੋਰ ਕਰ ਦਿੱਤਾ ਬੱਚਿਆਂ ਵੱਲ ਵੀ ਬਹੁਤਾ ਧਿਆਨ ਨਹੀਂ ਦੇ ਹੋਇਆ জর্জ ਦੀ ਹਰ ਰੋਜ਼ ਕੋਲੋਂ ਸ਼ਿਕਾਇਤ ਜਾਣ ਲੱਗ ਪਈ জর্জ ਵੀ ਇਸ ਵਾਰ ਖੁਸ਼ ਹੋ ਕੇ ਕਹਿਣ ਲੱਗਾ ਕਿ ਮੈਂ ਸਭ ਨੂੰ ਦੱਸ ਸਕਦਾ ਕਿ ਮੇਰੀ ਟੀਚਰ ਮੇਰੀ ਆਂਟੀ ਲੱਗਦੀ ਹੈ জর্জ ਦੇ ਚਿਹਰੇ ਤੇ ਵੀ ਹੁਣ ਆਪਣਤ ਦੀ ਚਲਕ ਪੈ ਰਹੀ ਸੀ ਮੈਂ ਕਿਹਾ ਹਾਂ ਤੂੰ ਸਭ ਨੂੰ ਸਕੂਲ 'ਚ ਦੱਸ ਸਕਦਾ ਹੈ ਕਿ ਤੂੰ ਕਿ ਮੈਂ ਤੇਰੀ ਆਂਟੀ ਲੱਗਦੀ ਆ ਤੇਰੀ ਮੰਮੀ ਦੀ ਭੈਣ ਆ জর্জ ਤੇ ਉਹਦੀ ਮਾਂ ਖੁਸ਼ੀ-ਖੁਸ਼ੀ ਕਲਾਸ ਤੋਂ ਬਾਹਰ ਚਲੇ ਗਈ ਮੈਂ ਅਜੇ ਵੀ ਆਪਣੀ ਕੁਰਸੀ ਤੇ ਬੈਠੀ ਸੋਚ ਰਹੀ ਸੀ ਮੈਨੂੰ ਯਾਦ ਯੂਨੀਵਰਸਿਟੀ ਦੇ ਟੀਚਰਸ ਕਾਲਜ ਦਾ ਪਹਿਲਾ ਦਿਨ ਯਾਦ ਆ ਰਿਹਾ ਸੀ ਜਦੋਂ ਸਾਡੇ ਪ੍ਰੋਫੈਸਰ ਮਿਸਟਰ ਹੋਪ ਨੇ ਸਾਨੂੰ ਸਾਰਿਆਂ ਨੂੰ ਇੱਕ ਪੇਪਰ ਪੜ੍ਹਨ ਨੂੰ ਦਿੱਤਾ ਸੀ ਸਭ ਨੇ ਝਪਟਾਪ ਪੜ੍ਹ ਲਿਆ ਤੇ ਅਖੀਰ ਤੇ ਤਕਰੀਬਨ ਸਭ ਦੀਆਂ ਅੱਖਾਂ ਝੰਜੂ ਸਨ ਪੇਪਰ ਤੇ ਉਸ ਲੜਕੇ ਜਿਹਦਾ ਨਾਮ ਟੈਡੀ ਸੀ ਦੀ ਕਹਾਣੀ ਸੀ ਜੋ 5ਵੀਂ ਕਲਾਸ ਦਾ ਵਿਦਿਆਰਥੀ ਸੀ ਹਰ ਰੋਜ਼ ਉਹ ਬਿਨਾ ਵਾਲਵਾਹੇ ਗੰਦੇ ਕੱਪੜਿਆਂ ਤੇ ਬਿਨਾ ਸਕੂਲ ਦਾ ਕੰਮ ਕੀਤੇ ਆਉਂਦਾ ਸੀ ਪੜਨ ਚ ਵੀ ਸਭ ਤੋਂ ਪਿੱਛੇ ਸੀ ਉਸ ਕੋਲ ਇੱਕ ਵੱਖਰੀ ਕਿਸਮ ਦੀ ਬਦਬੂ ਆਉਂਦੀ ਹੋਣ ਕਰਕੇ ਉਹਦੀ ਟੀਚਰ ਮਿਸਿਸ ਥਾਮpson ਉਹਨੂੰ ਜ਼ਰਾ ਵੀ ਪਸੰਦ ਨਹੀਂ ਸੀ ਕਰਦੀ 크리스마ਸ ਦੇ ਦਿਨਾਂ ਸਾਰੇ ਬੱਚੇ ਮਿਸਿਸ ਥਾਮpson ਲਈ ਤੋਹਫੇ ਲੈ ਕੇ ਆਏ ਟੈਡੀ ਵੀ ਪੂਰੇ ਰੰਗ ਦੇ ਸੈਂਡਵਿਚ ਵਾਲੇ ਪੇਪਰ ਬੈਗ 'ਚ ਪਰਫਿਊਮ ਦੀ ਸ਼ੀਸ਼ੀ ਪੈਕ ਕਰਕੇ ਲਿਆਇਆ ਜੋ ਅਜੋਦੀ ਵਰਤੀ ਹੋਈ ਸੀ ਨਾਲ ਹੀ ਕਦੇ ਟੁੱਟੇ ਹੋਏ ਮੋਤੀਆਂ ਵਾਲਾ ਗਜਰਾ ਵੀ ਸੀ ਮਿਸਿਸ ਥਾਮਸਨ ਨੇ ਸਾਰੇ ਬੱਚਿਆਂ ਦੇ ਨਾਲ ਟੈਡੀ ਦਾ ਤੋਹਫਾ ਵੀ ਖੋਲਿਆ ਸਾਰੇ ਬੱਚੇ ਉਸ ਉਤੇ ਹੱਸ ਪਏ ਸਨ ਟੀਚਰ ਨੇ ਟੈਡੀ ਨੂੰ ਨਿਰਾਸ਼ ਨਾ ਹੋਣ ਦੇਣ ਦੇ ਡਰੋਂ ਗਜਰਾ ਬੰਨ੍ਹ ਚ ਪਾ ਲਿਆ ਤੇ ਸ਼ੀਸ਼ੀ ਖੋਲ ਕੇ ਪਰਫਿਊਮ ਆਪਣੀ ਧੌਣ ਤੇ ਲਾ ਲਿਆ ਉਸ ਦਿਨ ਛੁੱਟੀ ਹੋਣ ਤੇ ਸਾਰੇ ਬੱਚੇ ਘਰੋ ਘਰੀ ਚਲੇ ਗਏ ਟੈਡੀ ਅਜੇ ਵੀ ਕਲਾਸ 'ਚ ਬੈਠਾ ਸੀ ਉਹ ਹੌਲੀ-ਹੌਲੀ ਉੱਠਿਆ ਮਿਸਿਸ ਥਾਮਸਨ ਦੇ ਕੋਲ ਜਾ ਕੇ ਕਹਿਣ ਲੱਗਾ ਅੱਜ ਮੇਰੇ ਅੱਜ ਤੇਰੇ ਕੋਲੋਂ ਮੇਰੀ ਮਾਂ ਵਰਗੀ ਮੈਂ ਘਾ ਰਹੀ ਐ ਤੇ ਨਾਲ ਹੀ ਟੈਡੀ ਨੇ ਮਿਸਿਸ ਥਾਮਸਨ ਨੂੰ ਘੁੱਟ ਕੇ ਜੱਫੀ ਪਾ ਲਈ ਮਿਸਿਸ ਥਾਮਸਨ ਦਾ ਦਿਲ ਝੰਝੋੜਿਆ ਗਿਆ ਉਹਨੇ ਉਸੇ ਦਿਨ ਟੈਡੀ ਦੇ ਜਾਣ ਦੇ ਬਾਅਦ ਦਫ਼ਤਰ ਜਾ ਕੇ ਟੈਡੀ ਦੇ ਪਿਛਲੇ ਸਾਲਾਂ ਦੀ ਰਿਪੋਰਟ ਕਾਰਡਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਪਿਛਲੇ ਟੀਚਰਾਂ ਵੱਲੋਂ ਲਿਖਿਆ ਹੋਇਆ ਸੀ ਜਦੋਂ ਟੈਡੀ ਪਹਿਲੀ ਵਿੱਚ ਪੜਦਾ ਸੀ ਮਾਂ ਬਹੁਤ ਬਿਮਾਰ ਰਹਿਣ ਕਰਕੇ ਉਸ ਵੱਲ ਯਾਨੀ ਨਹੀਂ ਦਿੱਤਾ ਗਿਆ ਜਦੋਂ ਦੂਸਰੀ ਛੋਇਆ ਉਹਦੀ ਮਾਂ ਮਰ ਗਈ ਉਹਦੇ ਸਾਲ ਬਾਅਦ ਟੈਡੀ ਦਾ ਬਾਪੂ ਵੀ ਮਰ ਗਿਆ ਉਸ ਤੋਂ ਬਾਅਦ ਉਹਦੀ ਦੇਖਭਾਲ ਲਈ ਸਿਰਫ ਉਹਦੀ ਦਾਦੀ ਰਹਿ ਗਈ ਜੋ ਖੁਦ ਵੀ ਜਾਨਲੇਵਾ ਬਿਮਾਰੀ ਨਾਲ ਕੁਲ ਰਹੀ ਸੀ ਇਹ ਕੁਝ ਜਾਣਨ ਤੋਂ ਬਾਅਦ ਮਿਸਿਸ ਥਾਮਸਨ ਨੇ ਟੈਡੀ ਵੱਲ ਖਾਸ ਧਿਆਨ ਦੇਣਾ ਸ਼ੁਰੂ ਕੀਤਾ ਉਹਨੂੰ ਹਰ ਰੋਜ਼ ਸਕੂਲ ਤੋਂ ਬਾਅਦ ਪੜਾਉਣਾ ਸ਼ੁਰੂ ਕੀਤਾ ਉਹਨੂੰ ਆਪਣੇ ਆਪ ਦੀ ਸਫਾਈ ਦਾ ਧਿਆਨ ਰੱਖਣ ਦੀ ਵੀ ਹਦਾਇਤ ਕੀਤੀ ਟੈਡੀ ਦਿਨਾਂ ਚ ਹੀ ਬਹੁਤ ਹੁਸ਼ਿਆਰ ਹੋ ਗਿਆ ਜਦੋਂ ਹਾਈ ਸਕੂਲ 'ਚ ਪਹਿਲੇ ਨੰਬਰ ਤੇ ਪਾਸ ਹੋਇਆ ਤਾਂ ਉਹਨੇ ਆਪਣੀ ਪਹਿਲੀ ਚਿੱਠੀ ਮਿਸਿਸ ਥਾਮਸਨ ਨੂੰ ਲਿਖੀ ਦੂਜੀ ਚਿੱਠੀ ਉਦੋਂ ਲਿਖੀ ਜਦੋਂ ਉਹਨੂੰ ਮੈਡੀਕਲ ਕਾਲਜ 'ਚ ਦਾਖਲਾ ਮਿਲਿਆ ਤੇ ਤੀਸਰੀ ਚਿੱਠੀ ਆਪਣੇ ਵਿਆਹ ਦੀ ਲਿਖੀ ਜਿਸ ਤੇ ਲਿਖਿਆ ਸੀ ਮਿਸਿਸ ਥਾਮਸਨ ਤੂੰ ਮੇਰੇ ਵਿਆਹ ਵਾਲੇ ਦਿਨ ਮੇਰੀ ਮਾਂ ਵਾਲੀ ਕੁਰਸੀ ਤੇ ਬੈਠਣਾ ਚਿੱਠੀ ਪੜਦੇ ਅਨਸਾਰ ਮਿਸਿਸ ਥਾਮਸਨ ਨੂੰ ਪਤਾ ਨਾ ਲੱਗੇ ਕਿ ਉਹ ਇੱਕ ਮੈਡੀਕਲ ਡਾਕਟਰ ਵਾਸਤੇ ਉਹਦੇ ਵਿਆਹ ਤੇ ਲੱਜਾਣ ਲਈ ਕਿਹੜਾ ਤੋਹਫ਼ਾ ਖਰੀਦੇ ਸੋਚਦੀ ਸੋਚਦੀ ਨੇ ਜਦੋਂ ਮੈਂ ਕੜੀ ਵੱਲ ਵੇਖਿਆ ਟਾਈਮ ਕਾਫੀ ਹੋ ਚੁੱਕਾ ਸੀ ਇਹਨੇ ਨੂੰ ਸਕੂਲ ਦੇ ਦਰਵਾਜ਼ੇ ਬੰਦ ਕਰਨ ਦੀ ਅਨਾਉਂਸਮੈਂਟ ਹੋ ਗਈ ਮੈਂ ਆਪਣਾ ਬੈਗ ਚੁੱਕਿਆ ਆਪਣੀ ਕਾਰ ਵੱਲ ਤੁਰ ਪਈ ਦੂਸਰੇ ਦਿਨ ਰਹਿਂਦੀਆਂ ਇੰਟਰਵਿਊਆਂ ਕਰਨੀਆਂ ਸਨ ਉਸ ਤੋਂ ਬਾਅਦ ਦੋ ਦਿਨ ਵੀਕਐਂਡ ਦੀ ਛੁੱਟੀ ਦਾ ਦਿਨ ਸੀ ਸੋਮਵਾਰ ਜਾਰਜ ਸਕੂਲ ਆਇਆ ਬਹੁਤ ਖੁਸ਼ੀ ਉਸ ਹਫਤੇ ਮੇਰੇ ਬਾਰੇ ਜਾਰਜ ਦੀ ਆਂਟੀ ਹੋਣ ਦੀ ਖਬਰ ਸਾਰੇ ਸਕੂਲ ਚ ਪੁੱਜ ਚੁੱਕੀ ਸੀ ਉਹ ਬਹੁਤ ਹੀ ਸਵੈਮਾਨ ਨਾਲ ਸਭ ਨੂੰ ਦੱਸ ਰਿਹਾ ਸੀ ਬਹੁਤੇ ਟੀਚਰ ਤਾਂ ਮੈਨੂੰ ਮਜ਼ਾਕ ਨਾਲ ਹੀ ਜਾਰਜ ਦੀ ਆਂਟੀ ਕਹਿ ਕੇ ਬੁਲਾਉਣ ਲੱਗ ਪਏ ਕਈ ਬੱਚੇ ਤਾਂ ਮੈਨੂੰ ਬਾਰ-ਬਾਰ ਪੁੱਛਣ ਲੱਗੇ ਕੀ ਜਾਰਜ ਸੱਚ ਕਹਿੰਦਾ ਹੈ ਮੈਂ ਸਭ ਨੂੰ ਕਹਿੰਦੀ ਜਾਰਜ ਬਿਲਕੁਲ ਸੱਚ ਕਹਿੰਦਾ ਹੈ ਇਹ ਸੁਣ ਕੇ ਜਾਰਜ ਫੁੱਲਿਆ ਨਾ ਸਮਾਉਂਦਾ ਸਾਰੇ ਸਕੂਲ ਚ ਸਭ ਤੋਂ ਸ਼ਰਾਰਤੀ ਤੇ ਕੁੱਟਮਾਰ ਕਰਨ ਵਾਲਾ ਜਾਰਜ ਸਭ ਨੂੰ ਸਿਆਣਾ ਦਿਸਣ ਲੱਗ ਪਿਆ ਸਾਲ ਦੇ ਅਖੀਰ ਤੱਕ ਜੋਰਜ ਸਭ ਤੋਂ ਹੁਸ਼ਿਆਰ ਬੱਚਾ ਹੋਣ ਕਰਕੇ ਮੈਂ ਉਹਦੀ ਗਿਫਟਡ ਟੈਸਟ ਵਿੱਚ ਸ਼ਾਮਲ ਹੋਣ ਦੀ ਅਰਜ਼ੀ ਭੇਜ ਦਿੱਤੀ। ਜਦੋਂ ਸਾਲ ਤੋਂ ਬਾਅਦ ਜੋਰਜ ਦਾ ਟੈਸਟ ਲਿਆ ਤਾਂ ਗਿਫਟਡ ਟੈਸਟ ਚੋਂ ਪਾਸ ਹੋ ਗਿਆ ਤੇ ਕਿਸੇ ਹੋਰ ਸਕੂਲ ਜਿੱਥੇ ਗਿਫਟਡ ਬੱਚਿਆਂ ਦੀ ਕਲਾਸ ਸੀ ਵਿੱਚ ਭੇਜ ਦਿੱਤਾ ਗਿਆ। ਜੋਰਜ ਪਰਮਿਸਕੂਲੋਂ ਜਾ ਚੁੱਕਾ ਸੀ ਪਰ ਉਹਦੇ ਨਾਲ ਜੁੜੇ ਆਂਟੀ ਵਾਲੇ ਰਿਸ਼ਤੇ 'ਚ ਆਪਣੱਥ ਦੀ ਮਹਿਕ ਅਜੇ ਵੀ ਮੈਨੂੰ ਤਾਜ਼ੀ-ਤਾਜ਼ੀ ਲੱਗਦੀ। ਖਾਸ ਕਰਕੇ ਜਦੋਂ ਸਕੂਲ ਦੀ ਗਰਾਊਂਡ ਕਦੇ ਕੋਈ ਬੱਚਾ ਆ ਕੇ ਪੁੱਛਦਾ ਕੀ ਤੂੰ ਜੋਰਜ ਦੀ ਆਂਟੀ ਹੈ ਤੇ ਜੋਰਜ ਹੁਣ ਕਿੱਥੇ ਹੈ ਧੰਨਵਾਦ ਸਮਾ